ਪੰਜਾਬੀ ਨੌਜਵਾਨ ਨੇ ਮੌਤ ਤੋਂ ਪਹਿਲਾਂ ਬਣਾਈ ਫਰਾਂਸ ਵਿੱਚ ਆਖਰੀ ਵੀਡੀਓ, ਉਹੀ ਗੱਲ ਹੋਈ ਜਿਸ ਦਾ ਉਸ ਨੂੰ ਡਰ ਸੀ। ਸੱਤਵੀਂ ਤਾਂ ਇੱਥੇ ਹੈ, ਮੌਤ ਦੇ ਮੂੰਹ ਦੇ ਵਿੱਚ, ਇੱਥੋਂ ਬੰਦਾ ਡਿੱਗ ਗਿਆ, ਖਤਮ। ਕੋਈ ਡਾਕਟਰ ਨਹੀਂ, ਕੋਈ ਕੁਛ ਨਹੀਂ, ਕੁਛ ਨਹੀਂ, ਕੋਈ ਵੀ ਕੁਛ ਨਹੀਂ ਕਰ ਸਕਦਾ। ਦਸੂਆ ਦੇ ਪਿੰਡ ਟੇਰਕਿਆਣੇ ਦੇ ਰਹਿਣ ਵਾਲਾ ਨੌਜਵਾਨ, ਜਿਸ ਦੀ ਕਿ ਫਰਾਂਸ ਵਿੱਚ 5ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ, ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਫਰਾਂਸ ਵਿੱਚ 17 ਸਾਲਾਂ ਤੋਂ ਕੰਮ ਕਰ ਰਹੇ ਕਮਲਜੀਤ ਸਿੰਘ ਇਸ ਵੀਡੀਓ ਵਿੱਚ ਹੱਸ ਹੱਸ ਕੇ ਦੱਸ ਰਿਹਾ ਹੈ ਕਿ ਉਹ ਫਰਾਂਸ ਵਿੱਚ ਕਿਵੇਂ ਕੰਮ ਕਰਦਾ ਹੈ ਅਤੇ ਵਿਦੇਸ਼ ਜਾ ਕੇ ਪੈਸੇ ਕਮਾਉਣੇ ਕਿੰਨੇ ਔਖੇ ਹਨ। ਉਹ ਵੀਡੀਓ ਵਿੱਚ ਕਹਿ ਰਿਹਾ ਕਿ ਜੇਕਰ ਇਸ ਜਗ੍ਹਾ ਤੋਂ ਬੰਦਾ ਹੇਠਾਂ ਡਿੱਗ ਗਿਆ ਤਾਂ ਫਿਰ ਉਹ ਬਿਲਕੁਲ ਹੀ ਖਤਮ ਹੋ ਜਾਵੇਗਾ ਅਤੇ ਉਸਦੀ ਮੌਤ ਹੋ ਜਾਵੇਗੀ, ਅਤੇ ਫਿਰ ਤਾਂ ਨਾ ਕੋਈ ਡਾਕਟਰ ਮਿਲੇਗਾ ਅਤੇ ਨਾ ਹੀ ਉਸਦਾ ਕੋਈ ਇਲਾਜ ਹੋਵੇਗਾ। ਉਹ ਵੀਡੀਓ ਵਿੱਚ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਪੈਸੇ ਧਿਆਨ ਨਾਲ ਖਰਚਾ ਕਰੋ ਅਤੇ ਪੈਸੇ ਜਮ੍ਹਾਂ ਜ਼ਰੂਰ ਕਰਿਆ ਕਰੋ। ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬੜੇ ਦਿਨਾਂ ਬਾਅਦ ਲਾਈਵ ਹੋਇਆ ਅੱਜ ਮੈਂ। ਤੁਹਾਨੂੰ ਦਿਖਾਉਣਾ ਸੀਗਾ ਕਿ ਇੱਥੇ ਫਰਾਂਸ ਦੇ ਵਿੱਚ ਪੈਸੇ ਕਿੱਦਾਂ ਬਣਦੇ। ਆਹ ਦੇਖ ਲਓ, ਇੱਥੇ ਸੱਤਵੀਂ ਤਾਜ ਹੈ, ਆਹ ਸਾਹਮਣੇ ਵੀ ਕਰਨਾ ਹੈ। ਹੁਣ ਇੱਥੇ ਆ ਪਲਾਸਟਿਕ ਲਾਈ ਸਾਰੇ ਉੱਤੇ ਥੱਲੇ, ਆ ਸਕੋਚ ਪਈ ਅਜੇ ਤੱਕ ਵੀ, ਆ ਸਾਰੀਆਂ ਬਾਰੀਆਂ ਬੁਰੀਆਂ ਕਰਨੀਆਂ। ਹਾਲਾਤ ਇਹ ਆ, ਠੀਕ ਲੱਗੇ ਆ। ਆਹ ਸੱਤਵੀਂ ਤਾਜ ਇੱਥੇ ਹੈ, ਮੌਤ ਦੇ ਮੂੰਹ ਦੇ ਵਿੱਚ, ਇੱਥੋਂ ਬੰਦਾ ਡਿੱਗ ਗਿਆ, ਖਤਮ। ਕੋਈ ਡਾਕਟਰ ਨਹੀਂ, ਕੋਈ ਕੁਛ ਨਹੀਂ, ਕੁਛ ਨਹੀਂ, ਕੋਈ ਵੀ ਕੁਛ ਨਹੀਂ ਕਰ ਸਕਦਾ ਸੱਤਵੀਂ ਤਾਜ ਤੋਂ। ਅਤੇ ਮੇਰੇ ਵੀਰ ਸਾਰੇ, ਪੈਸੇ ਥੋੜ੍ਹੇ ਧਿਆਨ ਨਾਲ ਖਰਚਿਆ ਕਰੋ, ਕਿਉਂਕਿ ਬਣਦੇ ਬੜੇ ਔਖੇ ਹੈ। ਅਤੇ ਡਾਊਨ ਲੱਗੇ ਆਪਾਂ ਕਹਿੰਦੇ ਹਾਂ ਤੂੰ ਵੀ ਆ ਜਾ ਫਲਾਣੇ ਹਾਂ ਟਿਕਾਣੇ ਹਾਂ, ਤੂੰ ਵੀ ਆ ਜਾ, ਕੋਈ ਗੱਲ ਹੀ ਨਹੀਂ, ਯਾਰ ਆ ਜਾ ਅਮੀਰ ਹੈ, ਗਲਤ ਗੱਲ ਹੈ। ਪੈਸੇ ਥੋੜ੍ਹੇ ਜਿਹੇ ਹਿਸਾਬ ਨਾਲ ਖਰਚਿਆ ਕਰੋ, ਆਪਣਾ ਸਹੀ ਸਿਸਟਮ ਰੱਖੋ, ਨੋਰਮਲੀ ਨਹਾਇਆ ਵੀ ਕਰੋ। ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨੋਰਮਲੀ ਆ ਤੂੰ ਮੌਤ ਸਾਹਮਣੇ ਥੱਲੇ ਦੇਖੋ। ਓਕੇ ਜੀ ਸਤਿ ਸ਼੍ਰੀ ਅਕਾਲ। ਦੱਸ ਦਈਏ ਕਿ ਦਸੂਆ ਦੇ ਪਿੰਡ ਟੇਰਕਿਆਣਾ ਦੇ 37 ਸਾਲਾਂ ਨੌਜਵਾਨ ਕਮਲਜੀਤ ਸਿੰਘ ਪਿਛਲੇ 17 ਸਾਲਾਂ ਤੋਂ ਫਰਾਂਸ ਦੇ ਸ਼ਹਿਰ ਚਲਾਸਸ ਵਿੱਚ ਰਹਿ ਰਿਹਾ ਸੀ ਅਤੇ ਉੱਥੇ ਉਸਾਰੀ ਦਾ ਕੰਮ ਕਰਦਾ ਸੀ। ਜਾਣਕਾਰੀ ਦਿੰਦੇ ਹੋਏ ਕਮਲਜੀਤ ਦੀ ਮਾਤਾ ਨੇ ਦੱਸਿਆ ਕਿ ਕਮਲਜੀਤ 17 ਸਾਲ ਪਹਿਲਾਂ ਫਰਾਂਸ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਸਾਡੀ ਫੋਨ 'ਤੇ ਗੱਲ ਹੋਈ ਸੀ। ਕਮਲਜੀਤ ਨੇ ਮੈਨੂੰ ਕਿਹਾ ਸੀ ਕਿ ਮੰਮੀ ਮੈਂ ਜਲਦੀ ਹੀ ਪਿੰਡ ਆਵਾਂਗਾ, ਪਰ ਕੌਣ ਜਾਣਦਾ ਸੀ ਕਿ ਉਸਦੇ ਪੁੱਤਰ ਦੀ ਮੌਤ ਦੀ ਦੁਖਦਾਈ ਖਬਰ ਆਵੇਗੀ। ਕਮਲਜੀਤ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਨੇ ਸਾਨੂੰ ਫੋਨ 'ਤੇ ਦੱਸਿਆ ਕਿ ਉਸਦੀ 5ਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਕਮਲਜੀਤ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾ ਸਕੇ। ਕਦੋਂ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਇਸ ਤਰ੍ਹਾਂ ਐਕਸੀਡੈਂਟ ਹੋ ਗਿਆ? 4 ਤਰੀਕ ਨੂੰ ਪਤਾ ਲੱਗਾ ਸ਼ਾਮ ਨੂੰ, ਤੇ 2007 ਦਾ ਗਿਆ ਸੀ। 17 ਸਾਲ ਬੇਟੇ ਨੂੰ ਹੋ ਗਏ। ਬਹੁਤ ਸੋਹਣਾ ਕੰਮ ਕਰਦਾ ਸੀ। ਕੀ ਕੰਮ ਸੀ? ਉੱਥੇ ਕੰਮ ਬਿਲਡਿੰਗ ਦਾ ਕੰਮ ਕਰਦਾ ਸੀ। ਸੁਣਨ ਵਿੱਚ ਆਇਆ ਸੀ, ਕੋਲ ਤੇ ਹੈ ਨਹੀਂ ਸੀ ਸਾਡਾ ਕੋਈ ਵੀ ਜੀ, ਤੇ ਉਹਨਾਂ ਦਾ ਪੈਰ ਤੋਂ ਪੈਰ ਤਿਲਕ ਗਿਆ ਤੇ ਸਿਰ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ। ਫੋਨ ਤੇ ਪਤਾ ਲੱਗਾ, ਸਾਡਾ ਆਪਣਾ ਅਸਲੀ ਕੋਈ ਬੰਦਾ ਉੱਥੇ ਨਾਲ ਹੈ ਨਹੀਂ ਸੀ, ਬੇਟਾ ਮੇਰਾ ਇਕੱਲਾ ਹੀ ਸੀ। ਸਵਿਟਰਲੈਂਡ ਦੇ ਬਾਰਡਰ ਤੇ ਰਹਿੰਦਾ ਸੀ। ਤੁਹਾਡੇ ਕਿੰਨੇ ਬੱਚੇ? 2 ਬੇਟੇ, 1 ਬੇਟੀ। ਕਮਲਜੀਤ ਵੱਡਾ ਸੀ, ਕਮਲਜੀਤ ਵੱਡਾ ਹੀ। ਫੋਨ ਤੇ ਗੱਲ ਹੁੰਦੀ ਸੀ ਆਪਣੇ ਬੇਟੇ ਨਾਲ? ਹਾਂਜੀ। ਆਖਰ ਵਾਰ ਕੀ ਗੱਲ ਹੋਈ ਸੀ ਬੇਟੇ ਨਾਲ? ਇਹੋ ਹੀ ਗੱਲ ਹੋਈ ਸੀ ਵੀ ਮੈਂ ਆ ਜਾਣਾ। ਮੈਂ ਇਹੋ 7 ਸਾਲ ਤੋਂ ਕਹਿ ਰਹੀ ਸੀ ਬੇਟਾ ਜੀ ਘਰ ਆ ਜਾਓ, ਬੇਟਾ ਜੀ ਘਰ ਆ ਜਾਓ, ਤੇ ਉਹ ਹਰ ਵੇਲੇ ਇਹੋ ਹੀ ਕਹਿ ਦਿੰਦਾ ਸੀ ਮੈਨੂੰ, ਮੈਂ ਹੁਣ ਆ ਗਿਆ ਹੁਣ ਆ ਗਿਆ, ਪਰ ਵਾਪਸ ਨਹੀਂ ਆਇਆ ਜਿੱਦਾਂ ਦਾ ਘਰੋਂ ਗਿਆ ਸੀ। ਆਖਰ ਆਹ ਮੌਕਾ ਆ ਗਿਆ ਸਾਡੇ 'ਤੇ, ਜਿਹੜੀ ਉਹਦੀ ਡੈਡ ਬੋਡੀ
ਬਣ ਕੇ ਹੁਣ ਘਰ ਗੌਰਮੈਂਟ ਪੰਜਾਬ ਸਰਕਾਰ ਤੋਂ ਮੰਗ ਕਰਦੀ, ਕੇਂਦਰ ਸਰਕਾਰ ਤੋਂ ਮੰਗ ਕਰਦੀ ਕਿ ਮੇਰੇ ਬੱਚੇ ਦਾ ਮੈਨੂੰ ਸਹਿਯੋਗ ਦਿੱਤਾ ਜਾਵੇ, ਘਰ ਭੇਜਿਆ ਜਾਵੇ। ਪਰਮਜੀਤ ਸਿੰਘ ਜੀ, ਬੜੀ ਦੁਖਦਾਈ ਘਟਨਾ ਵਾਪਰੀ ਹੈ। ਹਾਂਜੀ ਹਾਂਜੀ ਹਾਂਜੀ, ਬਹੁਤ ਦੁਖਦਾਈ ਘਟਨਾ ਜੀ। ਸਾਡੇ ਪਿੰਡ ਦਾ ਪਰਿਵਾਰ ਸੀ, ਮਤਲਬ ਆਪਣੇ ਭਾਈ ਅੰਮ੍ਰਿਤ ਸਿੰਘ ਪੁਲਿਸ ਦੇ ਵਿੱਚੋਂ ਰਿਟਾਇਰ ਹੋਏ ਆ, ਅਤੇ ਲੜਕਾ ਬਾਹਰ ਭੇਜਿਆ ਸੀ ਇਹਨਾਂ ਨੇ ਕਮਾਈ ਕਰਨ ਵਾਸਤੇ। ਕੋਈ 16 ਸਾਲ ਲਗਭਗ ਹੋ ਗਏ ਉਹਨਾਂ ਨੂੰ ਉੱਥੇ, ਮਤਲਬ ਗਿਆ ਨੂੰ ਕਿਤੇ ਕੰਮ ਮਿਲਦਾ ਕਿਤੇ ਨਹੀਂ ਉੱਥੇ ਮਿਲਦਾ। ਚਲੋ ਆਪਣੇ ਜਿਸ ਤਰ੍ਹਾਂ ਦੀ ਚੱਲਦਾ ਹੈ ਕੰਮ ਚਲਾਈ ਜਾਂਦੇ, ਅਤੇ ਹੁਣ ਇਹਨਾਂ ਨੂੰ ਲਗਭਗ 4-5 ਤਰੀਕ ਨੂੰ ਪਤਾ ਲੱਗਾ ਕਿ ਲੜਕੇ ਦੀ ਮਤਲਬ ਉੱਧਰ ਡੈਥ ਹੋ ਗਈ ਆ। ਫਿਰ ਉਹਦਾ ਪਤਾ ਕੀਤਾ ਕਿ ਕਿਸ ਤਰ੍ਹਾਂ ਹੋਇਆ, ਅਤੇ ਉਹ ਕਹਿੰਦੇ ਕਿ ਕੰਮ ਕਰਦਿਆਂ ਕੋਈ ਉੱਚੀ ਜਗ੍ਹਾ 'ਤੇ ਕੰਮ ਕਰਦਾ ਸੀ, ਉੱਥੋਂ ਪੈਰ ਫਿਸਲ ਗਿਆ ਅਤੇ ਥੱਲੇ ਡਿੱਗ ਕੇ ਉਹਦੀ ਮੌਤ ਹੋ ਗਈ। ਘਰ ਦੀ ਹਾਲਤ ਆਮ ਹਾਲਤ ਤਾਂ ਕੋਈ ਇੰਨੀ ਵਧੀਆ ਹਾਲਤ ਨਹੀਂ ਹੈਗੀ, ਮਤਲਬ ਬੱਚੇ ਵਿਦੇਸ਼ ਇਸੇ ਕਰਕੇ ਭੇਜੇ ਜਾਂਦੇ ਵੀ ਘਰ ਦੀ ਹਾਲਤ ਜਿਹੜੀ ਵਧੀਆ ਹੋ ਜਾਵੇ। ਉੱਥੇ ਵੀ ਫਿਰ ਤੁਹਾਨੂੰ ਪਤਾ ਹੀ ਆ ਕੰਮ ਕਿਸ ਤਰ੍ਹਾਂ ਮਿਲਦੇ ਆ, ਖਰਚੇ ਬਾਹਰ ਵੀ ਹੋ ਜਾਂਦੇ ਜ਼ਿਆਦੇ, ਅਤੇ ਘਰ ਦੀ ਨਹੀਂ ਹਾਲਤ ਕੋਈ ਵਧੀਆ ਨਹੀਂ ਗੀ। ਨਹੀਂ ਵਿਆਹ ਨਹੀਂ ਸੀ। ਮੰਗ ਇਹੀ ਕਰਦੇ ਕਿ ਚਲੋ ਹੁਣ ਇੱਕ ਤਾਂ ਇਸ ਪਰਿਵਾਰ ਦਾ ਕੋਈ ਸਰਕਾਰ ਕਿਸ ਤਰ੍ਹਾਂ ਸਹਾਰਾ ਬਣੇ, ਦੂਸਰਾ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਆ ਉਹ ਬਾਹਰੋਂ ਪੰਜਾਬ ਸਰਕਾਰ ਅਤੇ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਇਹਨਾਂ ਕੋਲੋਂ ਇਹ ਮੰਗ ਕਰਦੇ ਕਿ ਉਹਨਾਂ ਦੀ ਮ੍ਰਿਤਕ ਦੇਹ ਇੱਥੇ ਲਿਆਂਦੀ ਜਾਵੇ ਤਾਂ ਕਿ ਘਰ ਵਾਲੇ ਆਪਣਾ ਹੱਥੀਂ ਉਹਨਾਂ ਦਾ ਸੰਸਕਾਰ ਕਰ ਲੈਣ।